ਜਗਬਾਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਹਾਂ ਵਰੁਣ ਭੱਟ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ। ਬਠਿੰਡਾ ਦੇ ਨਾਲ ਇਹ ਖਬਰ ਜੁੜੀ ਹੋਈ ਹੈ। ਬਠਿੰਡਾ ਸੀਟ 'ਤੇ ਵੱਡਾ ਧਮਾਕਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੋ ਸਕਦਾ। ਬੀਤੇ ਕੁਛ ਦਿਨਾਂ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ IAS ਪਦ ਤੋਂ ਅਸਤੀਫਾ ਦੇਣ ਵਾਲੇ ਪਰਮਪਾਲ ਕੌਰ ਸਿੱਧੂ ਹੋਣੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜੋ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਹਨ। ਤਾਂ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹ ਕਿਸੇ ਵੇਲੇ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਤਾਂ ਉਹ ਦਿੱਲੀ ਵਿਖੇ ਹੀ ਮੌਜੂਦ ਹਨ ਅਤੇ ਜਿੰਨੇ ਵੀ ਭਾਜਪਾ ਦੇ ਸੂਤਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੇਲੇ ਵੀ ਉਹਨਾਂ ਦੀ ਜੁਆਇਨਿੰਗ ਜਿਹੜੀ ਹੈਗੀ ਉਹ ਭਾਜਪਾ ਦੇ ਵਿੱਚ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ JP ਨੱਡਾ ਜਦੋਂ ਪੰਜਾਬ ਬਠਿੰਡਾ ਵਿਖੇ ਆਏ ਸਨ ਤਾਂ ਏਅਰਪੋਰਟ 'ਤੇ ਪੰਜਾਬ ਬਠਿੰਡਾ ਭਾਜਪਾ ਦੀ ਲੀਡਰਸ਼ਿਪ ਦੇ ਨਾਲ ਉੱਥੇ ਮੁਲਾਕਾਤ ਕੀਤੀ ਸੀ। ਤਾਂ ਜਿੱਥੇ ਉਸ ਮੁਲਾਕਾਤ ਦੇ ਵਿੱਚ ਅਗਲੀ ਰਣਨੀਤੀ ਉਲੀਕੀ ਗਈ ਸੀ, ਤਾਂ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸੇ ਵੇਲੇ ਵੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਹਨਾਂ ਦੀ ਘਰਵਾਲੀ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਨੇ IAS ਪਦ ਤੋਂ ਅਸਤੀਫਾ ਦਿੱਤਾ ਹੈਗਾ, ਤਾਂ ਉਹਨਾਂ ਦੇ ਬਠਿੰਡਾ ਤੋਂ ਸੀਟ ਲੜਨ ਦੇ ਪੂਰੇ ਚਾਂਸ ਹਨ। ਤਾਂ ਭਾਜਪਾ ਉਹਨਾਂ ਨੂੰ ਉਮੀਦਵਾਰ ਬਣਾ ਸਕਦੇ ਹਨ। ਤਾਂ ਅਕਾਲੀ ਦਲ ਦੇ ਲਈ ਕਿਤੇ ਨਾ ਕਿਤੇ ਇਹ ਵੱਡਾ ਝਟਕਾ ਜਿਹੜਾ ਹੈਗਾ ਉਹ ਮੰਨਿਆ ਜਾ ਰਿਹਾ ਹੈਗਾ, ਕਿਉਂਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਹੀ ਸਾਂਸਦ ਜਿਹੜਾ ਹੈਗਾ ਉਹ ਬਣਦੇ ਸਨ। ਤਾਂ ਕਿਤੇ ਨਾ ਕਿਤੇ ਸਿਕੰਦਰ ਸਿੰਘ ਮਲੂਕਾ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਸਿੱਖਿਆ ਮੰਤਰੀ ਵੀ ਰਹੇ ਹਨ, ਤਾਂ ਹੁਣ ਵੱਡਾ ਝਟਕਾ ਅਕਾਲੀ ਦਲ ਨੂੰ ਦੇਣ ਜਾ ਰਹੇ ਨੇ। ਤਾਂ ਤੁਹਾਨੂੰ ਪੂਰੀ ਖਬਰ ਜਿਹੜੀ ਹੈਗੀ ਉਹ ਦੱਸ ਰਹੇ ਹਾਂ ਕਿ ਕਿਸੇ ਵੇਲੇ ਵੀ ਪਰਮਪਾਲ ਕੌਰ ਅਤੇ ਉਹਨਾਂ ਦੇ ਘਰ ਵਾਲੇ ਗੁਰਪ੍ਰੀਤ ਸਿੰਘ ਮਲੂਕਾ ਜੋ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਬੇਟੇ ਹਨ ਅਤੇ ਉਹਨਾਂ ਦੀ ਨੂੰਹ ਪਰਮਪਾਲ ਕੌਰ ਕਿਸੇ ਵੇਲੇ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਸਾਫ਼ ਤੌਰ 'ਤੇ ਇਹ ਕਿਹਾ ਜਾ ਰਿਹਾ ਕਿ ਉਹ ਖੁਦ ਇੰਤਜ਼ਾਰ ਕਰ ਰਹੇ ਹਨ, ਤਾਂ ਕਿਸੇ ਵੇਲੇ ਵੀ ਉਹਨਾਂ ਦੀ ਜੁਆਇਨਿੰਗ ਜਿਹੜੀ ਹੈਗੀ ਆ ਉਹ ਭਾਜਪਾ ਦੇ ਵਿੱਚ ਹੋ ਸਕਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ JP ਨੱਡਾ ਜਦੋਂ ਪੰਜਾਬ ਆਉਂਦੇ ਨੇ ਤਾਂ ਬਠਿੰਡੇ ਵਿਖੇ ਜਿਹੜਾ ਹੈਗਾ ਭਾਜਪਾ ਦੀ ਲੀਡਰਸ਼ਿਪ ਨਾਲ, ਜਿਹੜੀ ਬਠਿੰਡਾ ਦੀ ਭਾਜਪਾ ਦੀ ਲੀਡਰਸ਼ਿਪ ਆ ਉਹਨਾਂ ਦੇ ਨਾਲ ਬੈਠਕ ਜਿਹੜੀ ਹੈਗੀ ਆ ਉਹ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਕੈਡਰ ਦੀ IAS ਅਧਿਕਾਰੀ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਬਠਿੰਡਾ ਸੀਟ ਤੋਂ ਭਾਜਪਾ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਸੀ, ਤਾਂ ਤੁਹਾਨੂੰ ਦੱਸ ਦਈਏ ਕਿ 2011 ਬੈਚ ਦੀ ਇਹ IAS ਅਧਿਕਾਰੀ ਹਨ ਅਤੇ ਉਹ ਅਕਤੂਬਰ ਦੇ ਵਿੱਚ ਰਿਟਾਇਰ ਹੋਣ ਵਾਲੇ ਸੀ। ਤਾਂ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਉਹ ਆਪਣਾ ਦਿੱਤਾ ਅਤੇ ਹੁਣ ਭਾਜਪਾ ਵੱਲੋਂ ਜਿਹੜਾ ਹੈਗਾ ਚੋਣ ਲੜਨ ਦੀਆਂ ਚਰਚਾਵਾਂ ਜਿਹੜੀਆਂ ਹਨ ਉਹ ਜ਼ੋਰਾਂ 'ਤੇ ਹਨ। ਤਾਂ ਕਿਸੇ ਵੇਲੇ ਵੀ ਉਹਨਾਂ ਦੀ ਭਾਜਪਾ ਦੇ ਵਿੱਚ ਜਿਹੜੀ ਹੈਗੀ ਆ ਉਹ ਜੁਆਇਨਿੰਗ ਜਿਹੜੀ ਹੈਗੀ ਆ ਉਹ ਹੋ ਸਕਦੀ ਹੈਗੀ ਆ, ਤਾਂ ਉਹ ਖੁਦ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ 12:30 ਪੰਜਾਬ ਤੋਂ ਦੋ ਲੋਕਾਂ ਦੀ ਜਿਹੜੀ ਹੈਗੀ ਉਹ ਜੁਆਇਨਿੰਗ ਹੋਣੀ ਆ, ਹਾਲਾਂਕਿ ਉਹ ਪਰਮਪਾਲ ਕੌਰ ਸਿੱਧੂ ਹੋਣੀ, ਗੁਰਪ੍ਰੀਤ ਸਿੰਘ ਮਲੂਕਾ ਹੋਣੀ ਹੀ ਹਨ ਜਾਂ ਕੋਈ ਹੋਰ ਹੈ ਜਾਂ ਉਹਨਾਂ ਦੀ ਜੁਆਇਨਿੰਗ ਕਿਸੇ ਹੋਰ ਸਮੇਂ ਹੋਵੇਗੀ ਇਸਦਾ ਫਿਲਹਾਲ ਨਹੀਂ ਪਤਾ, ਪਰ ਇੰਨਾ ਜ਼ਰੂਰ ਪਰਮਪਾਲ ਕੌਰ ਹੋਣਾ ਨੇ ਵੀ ਕਹਿ ਦਿੱਤਾ ਹੈਗਾ ਜਗਬਾਣੀ ਨੂੰ ਕਿ ਉਹ ਖੁਦ ਇੰਤਜ਼ਾਰ ਕਰ ਰਹੇ ਨੇ। ਤਾਂ ਹੁਣ ਇਹੀ ਚਰਚਾਵਾਂ ਚੱਲ ਰਹੀਆਂ ਹਨ ਕਿ ਕਿਸੇ ਵੇਲੇ ਵੀ ਭਾਜਪਾ ਦੇ ਵਿੱਚ ਪਰਮਪਾਲ ਕੌਰ ਸਿੱਧੂ ਹੋਣਾ ਦੀ ਜੁਆਇਨਿੰਗ ਜਿਹੜੀ ਹੈਗੀ ਉਹ ਹੋ ਸਕਦੀ ਹੈ ਅਤੇ ਬਠਿੰਡਾ ਸੀਟ ਦੇ ਉੱਪਰ ਉਹ ਭਾਜਪਾ ਤੋਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਆਲਰੇਡੀ ਪਹਿਲਾਂ ਹੀ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਹਨ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈਗਾ ਬਠਿੰਡਾ ਸੀਟ ਤੋਂ। ਤਾਂ ਬਠਿੰਡਾ ਸੀਟ ਦੇ ਉੱਪਰ ਵੀ ਜਿਸ ਤਰੀਕੇ ਦੇ ਨਾਲ ਇੰਟਰਸਟਿੰਗ ਜਿਹੜਾ ਹੈਗਾ ਉਹ
ਮੁਕਾਬਲਾ ਜਿਹੜਾ ਹੈਗਾ ਉਹ ਬਣਦਾ ਦਿਖਾਈ ਦੇ ਰਿਹਾ ਹੈਗਾ। ਜੇਕਰ ਗੱਲ ਕੀਤੀ ਜਾਵੇ ਨਕਈ ਹੋਣਾ ਦੀ, ਦਿਆਲ ਸੋਢੀ ਜਾਂ ਸਰੂਪ ਚੰਦ ਸਿੰਗਲਾ, ਇਹ ਤਮਾਮ ਬਠਿੰਡਾ ਭਾਜਪਾ ਲੀਡਰਸ਼ਿਪ ਜਿਹੜੀ ਹੈਗੀ ਹੈ, ਜਦੋਂ ਜੇਪੀ ਨੱਡਾ ਬਠਿੰਡਾ ਏਅਰਪੋਰਟ 'ਤੇ ਪਹੁੰਚਦੇ ਹਨ ਉਹਨਾਂ ਨੂੰ ਉੱਥੇ ਮਿਲਣ ਪਹੁੰਚਦੇ ਹਨ, ਤਾਂ ਉਸ ਤੋਂ ਬਾਅਦ ਹੀ ਕਿਆਸਰਾਈਆਂ ਹੋਰ ਤੇਜ਼ ਹੋ ਗਈਆਂ ਸਨ ਕਿ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਹੋਣੀ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਹਨ। ਤਾਂ ਪਰਮਪਾਲ ਕੌਰ ਹੋਣਾ ਨੇ ਖੁਦ ਜਗਬਾਣੀ ਨੇ ਜਦੋਂ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੰਨੀ ਜ਼ਰੂਰ ਪੁਸ਼ਟੀ ਕੀਤੀ ਹੈ ਕਿ ਉਹ ਖੁਦ ਇੰਤਜ਼ਾਰ ਕਰ ਰਹੇ ਹਨ। ਤਾਂ ਕਿਸੇ ਵੇਲੇ ਵੀ ਪਰਮਪਾਲ ਕੌਰ ਅਤੇ ਗੁਰਪ੍ਰੀਤ ਸਿੰਘ ਮਲੂਕਾ ਹੋਣਾ ਦੀ ਭਾਜਪਾ ਦੇ ਵਿੱਚ ਜੁਆਇਨਿੰਗ ਹੋ ਸਕਦੀ ਹੈ, ਸ਼ਾਮਲ ਹੋ ਸਕਦੇ ਹਨ। ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਵੱਡਾ ਸਿਆਸੀ ਧਮਾਕਾ ਜਿਹੜਾ ਹੈਗਾ ਉਹ ਬਠਿੰਡਾ ਸੀਟ ਦੇ ਉੱਪਰ ਖਾਸ ਕਰ ਹੋਣ ਜਾ ਰਿਹਾ ਹੈਗਾ। ਤਾਂ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਪੰਜਾਬ ਵੱਲੋਂ ਪਹਿਲਾਂ ਹੀ 6 ਉਮੀਦਵਾਰ ਐਲਾਨ ਦਿੱਤੇ ਗਏ ਨੇ, ਤਾਂ ਅਗਲੇ 7 ਉਮੀਦਵਾਰਾਂ ਦਾ ਐਲਾਨ ਵੀ ਭਾਜਪਾ ਜਲਦ ਕਰ ਸਕਦੀ ਹੈ। ਤਾਂ ਇਸੇ ਤਰੀਕੇ ਦੇ ਨਾਲ ਕਈ ਵੱਡੇ ਲੀਡਰ ਜਿਹੜੇ ਹਨ ਉਹ ਭਾਜਪਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਸਕਦੇ ਹਨ। ਦੇਸ਼ ਵਿਦੇਸ਼ ਦੀਆਂ ਤਮਾਮ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਨਾਲ।